जाली अते दोहरी वोटिंग जरिए चोणां विच हुंदी धांधली रोकण दे लई चोण कमिशन ने वोटर आई डी कार्ड ते फोटो वालियां वोटर सूचियां बनाउण दी मुहिम शुरू कीती सी, पर सत्ता दे लालचियां ते कुझ भ्रिष्ट अधिकारियां दी मिली भुगत ते प्रशासनिक लापरवाही कारण अजे भी सरहदी इलाकियां विच कई लोकां दीआं दो दो वोटां बणियां होईआं हन। भारत के सरहदी इलाकों में एक ही नागरिक दो दो हल्कों में बनिया वोटा लोकतंत्र को खोरा लगाने के नाल राष्ट्रीय सुरक्षा को भी सन लगा रही हैं। हैरानी की गल यह है कि इस बारे पिंड के सरपंच तो लैके सियासी नेतावान तक को पता है, पर वोट बैंक की सियासत कारण कोई कार्रवाई नहीं हो रही। पिंड नक्की दे लोगों का कहना है कि जदों पंजाब विच चोणां हुंदियां हन तां पंजाब विच वोटां पाउंदे हन अते जदों जम्मू कश्मीर विच चोणां हुंदियां हन तां उत्थे भी वोट दे हक दा इस्तेमाल करदे हन। इन्हां लोकां दे कोल दोवां पासिआं दे फोटो वोटर कार्ड हन। इह लोक दोवां सूबिआं दीआं सरकारी स्कीमां दा लाभ लैंदे हन। इस मामले ते शिकायतकर्ता दा कहना है कि सरकार इस वल ध्यान नहीं दे रही। अज असीं ग्राम पंचायत नक्की दे गवर्नमेंट प्राइमरी स्कूल दे विच श्री गुरबख्श सिंह वल्लों पिंड दीआं वोटां दा कोई डबल वोट बने हुई है, जिहदे करके इन्हां वल्लों जिहड़ी कंप्लेंट आ उह तहसीलदार पठानकोट नूं कीती हुई है, उह सानूं पड़ताल लई प्राप्त हुई है, जिहदे करके असीं पिंड दे विच अज जिहड़ी हैगी आ कि उह पड़ताल लई असीं स्कूल 'च टाइम रख्या सी 11 बजे दा, ते उह पड़ताल जिहड़ी आ साडी उह चल रही है। ਪੜਤਾਲ ਇਨੀਸ਼ੀਅਲ ਸਟੇਜ 'ਤੇ ਆਏ ਤਾਂ ਡਾਕੂਮੈਂਟਰੀ ਇਹਨਾਂ ਕੋਲ ਪੇਪਰ ਲੈ ਕੇ ਆਏ ਤਾਂ ਅਸੀਂ ਇਹ ਦੇਖ ਰਹੇ ਹਾਂ ਕਿ ਆਇਆ ਕਿ ਜਿਨ੍ਹਾਂ ਦੀ ਗ੍ਰਾਮ ਪੰਚਾਇਤ ਨੱਕੀ ਦੇ ਵਿੱਚ ਵੋਟ ਬਣੀ ਹੈ, ਇਸ ਤੋਂ ਇਲਾਵਾ ਉਹਨਾਂ ਦੀ ਜੇ ਐਂਡ ਕੇ ਦੇ ਕਿਹੜੇ ਕਿਹੜੇ ਪਿੰਡ ਦੇ ਵਿੱਚ ਕਿਹੜੇ ਕਿਹੜੇ ਬੂਥ ਦੇ ਵਿੱਚ ਕਿਹੜੇ ਸੀਰੀਅਲ ਨੰਬਰ ਦੇ ਉੱਪਰ ਇਹਨਾਂ ਨੇ ਉੱਥੇ ਵੀ ਵੋਟ ਪਾਈ। ਸਰ ਅਗਰ ਦੋ ਵੋਟਾਂ ਹੁੰਦੀਆਂ ਕਿਸੇ ਦੋ ਵੋਟਾਂ ਪਾਈਆਂ ਜਾਂਦੀਆਂ ਤਾਂ ਉਹ ਅਸੀਂ ਉਹਦੇ ਮੁਤਾਬਕ ਕਾਰਵਾਈ ਜਿਹੜੀ ਆ ਇਲੈਕਸ਼ਨ ਕਮਿਸ਼ਨ ਦੇ ਰੂਲਾਂ ਦੇ ਮੁਤਾਬਕ ਅਸੀਂ ਕਰਾਂਗੇ। ਅਜੇ ਫਿਲਹਾਲ ਤਾਂ ਇਨੀਸ਼ੀਅਲ ਸਟੇਜ 'ਤੇ ਪੜਤਾਲ ਚੱਲ ਰਹੀ ਹੈ, ਮੁਕੰਮਲ ਹੋਣ ਤੋਂ ਬਾਅਦ ਮੈਂ ਆਪਣੀ ਫਾਈਂਡਿੰਗ ਜਿਹੜੀ ਆ ਉਹ ਤੁਸੀਂ ਦੱਸ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਡਬਲ ਵੋਟ ਚੱਲਦੀ ਆ ਰਹੀ ਹੈ, ਜਿੱਥੇ ਕਿ 100-150 ਵੋਟ ਜਿਹੜੀ ਜੰਮੂ ਕਸ਼ਮੀਰ 'ਚੋਂ ਪੰਜਾਬ 'ਚ ਪੋਲ ਹੁੰਦੀ ਹੈ ਅਤੇ ਪੰਜਾਬ 'ਚੋਂ ਜੰਮੂ ਕਸ਼ਮੀਰ 'ਚ ਪੋਲ ਹੁੰਦੀ ਹੈ। ਪਹਿਲੇ ਕੇਸ ਕੀਤਾ ਸੀ, ਕੁਛ ਵੋਟਾਂ ਘਟੀਆਂ ਗਈਆਂ ਸਨ, ਬਾਕੀ ਰਹਿੰਦੀਆਂ ਨੇ ਉਹ ਕਾਰਵਾਈ ਹੁਣ ਚੱਲਦੀ ਪਈ ਹੈ। ਬਿਊਰੋ ਰਿਪੋਰਟ ਪਠਾਨਕੋਟ। ਵਧੇਰੇ ਖਬਰਾਂ ਲਈ ਦੇਖਦੇ ਰਹੋ ਅਜੀਤ ਵੈਬ ਟੀਵੀ। ਦੇਸ਼ ਦੁਨੀਆ 'ਤੇ ਕੋਰੋਨਾ ਮਹਾਂਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ ਕਸਬਾ ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ, ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।